ਮਖੂ ਬਲਾਕ ਦੇ ਅਧੀਨ ਆਉਂਦੇ ਪਿੰਡ ਝਾਮਕੇ ਦੇ ਕੋਲ ਦੀ ਲੰਘਦੀ ਸਰਹੰਦ ਫੀਡਰ ਨਹਿਰ ਦੇ ਪੁਲ ਨਾਲ ਵੱਡੀ ਮਾਤਰਾ ਵਿੱਚ ਕਲਾਲੀ ਬੂਟੀ ਇਕੱਠੀ ਹੋ ਚੁੱਕੀ ਹੈ, ਜਿਸ ਕਾਰਨ ਪੁਲ ਦੇ ਨਾਲੋਂ ਮਿੱਟੀ ਖੁਰਨੀ ਸ਼ੁਰੂ ਹੋ ਚੁੱਕੀ ਹੈ। ਇਹ ਮਿੱਟੀ ਖੁਰਨ ਦੇ ਨਾਲ ਇਹ ਪੁਲ ਕਿਸੇ ਵੀ ਸਮੇਂ ਡਿੱਗ ਸਕਦਾ ਹੈ ਅਤੇ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ। ਇਸ ਸੰਬੰਧ ਵਿੱਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਪੁਲ ਦੇ ਹਾਲਾਤ ਬਾਰੇ ਕਾਫੀ ਵਾਰ ਸੰਬੰਧਿਤ ਪ੍ਰਸ਼ਾਸਨ ਨੂੰ ਦੱਸ ਚੁੱਕੇ ਹਨ, ਪਰ ਕਈ ਮਹੀਨੇ ਗੁਜ਼ਰਨ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ। ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਹਰ ਸਾਲ ਹੀ ਇਹ ਬੂਟੀ ਕਢਾਉਣ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ। ਸੰਬੰਧਿਤ ਮਹਿਕਮੇ ਨੇ ਕਦੀ ਵੀ ਇਸ ਸਾਰੇ ਮਾਮਲੇ ਨੂੰ ਸੀਰੀਅਸ ਨਹੀਂ ਲਿਆ। ਇੱਥੇ ਇਹ ਗੱਲ ਵੀ ਦੱਸਣੀ ਜ਼ਰੂਰੀ ਹੈ ਕਿ ਜੇਕਰ ਬੂਟੀ ਦੀ ਵਜ੍ਹਾ ਨਾਲ ਪੁਲ ਟੁੱਟਦਾ ਹੈ ਤਾਂ ਨਾਲ ਲੱਗਦੇ ਏਰੀਏ ਦੇ ਦਰਜਨਾਂ ਪਿੰਡਾਂ ਵਾਸਤੇ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਇਸ ਵਕਤ ਨਹਿਰ ਦਾ ਸਿਰਫ 20% ਹਿੱਸਾ ਹੀ ਬਚਿਆ ਹੈ ਜਿੱਥੋਂ ਦੀ ਸਹੀ ਪਾਣੀ ਕ੍ਰੋਸ ਹੋ ਸਕੇ, ਬਾਕੀ 80% ਹਿੱਸਾ ਕਲਾਲੀ ਬੂਟੀ ਨੇ ਢਕਿਆ ਹੋਇਆ ਹੈ। ਮੁਸ਼ਕਲ ਹੈ ਜੀ, 2-2.5 ਮਹੀਨੇ ਤੋਂ ਬੂਟੀ ਫਸੀ ਆ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀਆਂ ਵੀ ਕਰ ਚੁੱਕੇ ਹਾਂ ਅਤੇ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਕੋਈ ਸਰਕਦੀ। ਇੱਕ ਦਿਨ ਅਫਸਰ ਆਏ ਵੀ ਆ, ਫੋਟੋ ਫਾਟੋ ਲੈ ਕੇ, ਅੱਜ ਤੋਂ ਮਹੀਨੇ ਤੋਂ ਪਹਿਲਾਂ ਫੋਟੋ ਫਾਟੋ ਖਿੱਚ ਕੇ ਲੈ ਗਏ ਆ। ਸਾਨੂੰ ਤਾਂ ਸ਼ੱਕ ਆ ਵੀ ਇਹਨਾਂ ਨੇ ਕਾਗਜ਼ਾਂ 'ਚ ਕੱਢ ਵੀ ਦਿੱਤੀ ਹੋਵੇ, ਪਰ ਇਹ ਸਾਨੂੰ ਜੇ ਇਹ ਬੂਟੀ ਨਹੀਂ ਕੱਢ ਰਹੇ, ਕੱਲ੍ਹ ਨੂੰ ਪੁਲ ਵੀ ਇਹ ਢੱਠ ਜਾਣਾ ਅਤੇ ਪੁਲ ਕਿਹਨੇ ਬਣਾਉਣਾ ਇੱਥੇ? ਆਹ ਤੁਸੀਂ ਵੇਖ ਹੀ ਲਏ ਆ, ਛਾਪੇ ਲੱਗੇ ਆ, ਅਸੀਂ 2-3 ਵਜੇ ਦਰਖਾਸਤਾਂ ਵੀ ਕਰ ਰਹੇ ਹਾਂ ਵੀ ਪੁਲ ਡਿੱਗਣ ਨੂੰ ਤਿਆਰ ਆ। ਪਿੱਛੇ ਨਹਿਰ ਵੀ ਸੁੱਕੀ ਸੀ, ਉਦੋਂ ਵੀ ਇਹਨਾਂ ਨੂੰ ਕਿਹਾ ਵੀ ਇੱਥੇ ਬੋਰੀਆਂ ਲਾ ਦਿਓ, ਪਰ ਕੋਈ ਨਹੀਂ ਇੱਥੇ ਸੁਣਦਾ, ਨਾ ਕੋਈ ਸੁਣਵਾਈ ਹੈਗੀ ਆ। ਹੁਣ ਤਾਂ ਦੱਬਦਾ ਵੀ ਨਾ ਕੋਈ ਸਰਕਾਰ ਦੀ ਨਾ ਦੀ ਚੀਜ਼ ਲੱਗਦੀ ਆ ਅਤੇ ਨਾ ਕੋਈ ਅਫਸਰ ਸ਼ਾਹੀ ਕੋਈ ਕੰਨ ਦੇ ਜੂੰ ਸਰਕਦੀ ਕਿਸੇ ਦੇ। ਤੁਸੀਂ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਕੀ ਅਪੀਲ ਕਰੋਗੇ? ਅਸੀਂ ਤਾਂ ਅਪੀਲ ਇਹ ਕਰਾਂਗੇ ਜਲਦੀ ਜਲਦੀ ਇਹਨੂੰ ਬੂਟੀ ਨੂੰ ਕਢਵਾਇਆ ਜਾਵੇ ਅਤੇ ਆਹ ਜਿਹੜਾ ਬੋਰੀਆਂ ਇੱਥੇ ਕੋਈ ਪੁੱਲ ਦਾ ਸਜਾਈ ਨੂੰ ਠੀਕ ਕੀਤਾ ਜਾਵੇ, ਡਿੱਗਣੋਂ ਬਚਾਇਆ ਜਾਵੇ। ਅੱਗੇ 2 ਪੁੱਲ ਇਸ ਤੋਂ ਅੱਗੇ 2 ਪੁੱਲ ਘੰਟ ਡਿੱਗੇ ਹੀ ਆ, ਅਜੇ ਤੱਕ ਉਹਨਾਂ ਦੀ ਕਿਸੇ ਨੇ ਬਣਾਇਆ ਨਹੀਂ, ਕੋਈ ਸੁਣਵਾਈ ਨਹੀਂ, ਕੋਈ ਟੈਂਡਰ ਨਹੀਂ, ਕੋਈ ਲੈਣਾ ਨਹੀਂ, ਦੇਣਾ ਨਹੀਂ। ਇਹ ਕਿੱਥੋਂ ਬਣਨਾ ਫਿਰ? ਜਿੱਦਣ ਡਿੱਗ ਪਿਆ ਸਾਡੇ ਹੱਥ 'ਤੇ ਤਾਂ ਹਿੰਦੁਸਤਾਨ ਪਾਕਿਸਤਾਨ ਹੀ ਬਣ ਜਾਣਾ ਇਹਨੇ। ਆਹ ਕਿੰਨਾ ਰਕਬਾ ਇੱਧਰ ਸਾਡੇ ਪਿੰਡ ਦਾ? ਹਾਂ, ਇੱਧਰੋਂ ਘੱਟੋ ਘੱਟ 20 ਪਿੰਡ ਲੰਘ ਗਏ। ਮੇਨ ਸੜਕ ਦਾ ਡਿੱਗਾ ਸੀ, 4 ਸਾਲ ਬਾਅਦ ਉਹ ਬਣਿਆ ਅਤੇ ਪਿੰਡਾਂ ਦੀ ਸੁਣਵਾਈ ਕਿਹਨੇ ਕਰਨੀ ਇੱਥੇ?